एक ईमानदार ते उच्ची सुची शिक्षा दे मालिक दीन दुखियों की सेवा करना अपना फर्ज समझने वाले माता प्रीतम कौर बीते दिन अपनी संसारिक यात्रा पूरी करदे गुरु चरणा विच जा विराजे। उन्हां दी आत्मिक शांति हेतु रखे गए पाठ दे भोग पाए गए। इस मौके कई राजनीतिक ते धार्मिक शख्सियतां पुज्जियां जिन्हां ने माता प्रीतम कौर जी नूं श्रद्धा दे फुल भेट किते। गुरमुख ने अंक गज की सतनाम वाहिगुरु जी महाराज पंजवें पातशाह साहिब श्री गुरु अर्जन देव महाराज जी दे पावन पितर दरबार दे विच टिकाया शंकावादी जिहदे मन दे अंदर शंका पैदा हो गई। सतगुरु गुरमुख की गल दस रहे ने, भाणे मनण की गल दस रहे ने, महाराज पढ़ रहे ने, तेरा भाणा मीठा लागे हर नाम पदार्थ नानक मंगे नानक मंगे। सतगुरु सच्चे पातशाह जदों भाणे की गल कर रहे ने, हुण आपां इन्नी संगत बैठी है, इन्नी संगत दे विचों इक ना इक जी कोई तुसीं हुणे हुणे भाणे की गल कीती है, गुरमुख की गल कीती है, प्रैक्टिकल रूप दे विच उन्हां दे दर्शन होने चाहिए ने। आखो गज के सतनाम वाहिगुरु जी। वड्डी गल हुंदी है महाराज, तुसीं तां कह दित्ता पर वी जा उहदे जाके दर्शन करिया, लै फलाना ना है उत्थे जाके पुछ लई ते उत्थे तैनूं दस देणगे उहदा नां की है जी, उहदा कहिंदे नाम भाई भिखारी है। आखो गज के सतनाम वाहिगुरु जी। संस्कार करिए सारे जाने घर दे विच बड़ी सेवा कीती है, बड़ियां कोठियां बनाईयां ने, बड़ी मिल बैठ रहत चहो दिस घेरै परी सभी ही संग छाड़त। सिमरन कर, तू बंदगी कर उस परमात्मा काल पुरख वाहिगुरु दे नाम दे नाल। कृतंज पिता कौन पिता, कहिंदे सारे झूठे ने। आखो गज के सतनाम वाहिगुरु जी। तू केड़ी माता दी गल करदा, तू केड़े साग संबंधियां दी गल करदा, आ जिहड़े तू शरीर दी गल करदा। हुण गुरमुख प्यारियो ਉਹਦੇ ਮਨ ਦੇ ਅੰਦਰ, ਗੁਰਮੁਖ ਦੇ ਮਨ ਦੇ ਅੰਦਰ ਇਹ ਗੱਲ ਹੈ ਵੀ ਹੋ ਨਹੀਂ ਸਕਦਾ, ਮਹਾਰਾਜ ਨੇ ਮੈਨੂੰ ਟਾਲਤਾ, ਭੇਜ ਦਿੱਤਾ, ਚੱਲ ਪਿਆ। ਤੁਰਦਾ ਤੁਰਦਾ ਪੁਸ਼ਤਾ ਪਛਾਉਂਦਾ ਗੁਜਰਾਤ ਵਿੱਚ ਪਹੁੰਚਿਆ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਸੀ ਨਾ ਐਡਰੈਸ ਦਿੱਤਾ ਸੀ, ਉਸ ਨਗਰ ਦੇ ਵਿੱਚ ਪਹੁੰਚ ਗਿਆ। ਜਦੋਂ ਉਸ ਨਗਰ ਦੇ ਵਿੱਚ ਪਹੁੰਚਿਆ, ਜਦੋਂ ਉਸ ਨਗਰ ਦੇ ਵਿੱਚ ਪਹੁੰਚਿਆ ਤੇ ਨਗਰ ਦੇ ਵਿੱਚ ਸਰੀਰ ਦੀਆਂ ਕਿਰਨਾਂ ਫੈਲ ਜਾਂਦੀਆਂ ਨੇ ਵੀ ਫਲਾਨਾ ਕੰਮ ਕਰਦਾ, ਜਿਵੇਂ ਸੂਰਜ ਦੀਆਂ ਕਿਰਨਾਂ ਫੈਲ ਲਿਆ। ਕਹਿੰਦਾ ਹਾਂਜੀ, ਜਲ ਪਾਣੀ ਛਕ ਲਿਆ, ਪ੍ਰਸ਼ਾਦਾ ਛਕ ਲਿਆ। ਉਹ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੇਜਿਆ, ਸਾਰਾ ਕੁਝ ਵਿਖਾਵਾਂ। ਉਹ ਕਹਿੰਦਾ ਚੱਲ, ਕਹਿੰਦਾ ਆਹ ਜਿਹੜਾ ਨਾ ਸਮਾਨ, ਚੀਜ਼ਾਂ ਵਿਖਾਉਂਦਾ ਵਿਖਾਉਂਦਾ ਨਾ ਗੁਰਮੁਖੋ, ਦੋ ਚੀਜ਼ਾਂ ਨਹੀਂ ਵਿਖਾਈਆਂ, ਇੱਕ ਤਾਂ ਲੱਕੜਾ ਨਹੀਂ ਦੱਸਿਆ, ਕੱਲ੍ਹ ਨੂੰ ਬੱਚੇ ਦੀ ਮੇਰੀ ਮੌਤ ਹੋ ਜਾਣੀ ਹੈ ਉਹਦੇ ਪਾਉਣਾ ਹੈ, ਬਾਕੀ ਸਾਰਾ ਕੁਝ ਵਿਖਾ ਦਿੱਤਾ। ਭਾਣਾ ਮਹਿਣ ਵਾਲੀ ਗੱਲ ਨੀ, ਇਹ ਤਾਂ ਇਹ
ਸੁਲਤਾਨ ਹੋਰਿਆ ਹੋਇਆ ਪਿਆ। ਤੁਸੀਂ ਇਹੋ ਜਿਹੇ ਗੁਰਸਿੱਖ ਹੈ ਤੇਰੇ ਜਿਹੜੇ ਭਾਣਾ ਮੰਨਦੇ ਨੇ ਸਾਰਿਆਂ ਜਿਹੜੇ ਨਾਲ ਗਏ ਸਾਧ ਸੰਬੰਧੀ ਗਏ ਮਿੱਤਰ ਨਾਲ ਗਏ ਪਰ ਜਦੋਂ ਕਹਿੰਦੇ ਘਰ ਦੇ ਵਿੱਚ ਮਾਧੋ ਹਮ ਐਸੇ ਤੂੰ ਵੈਸਾ ਮਾਧੋ ਹਮ ਐਸੇ माधो हम ऐसे माधो हम ऐसे तू ऐसा माधो हम ऐसे माधो हम ऐसे हम पापी तुम पाप खंडन नीको ठाकुर देसा हम पापी तुम पाप खंडन नीको ठाकुर देसा देसा माधो हम ऐसे तू वैसा माधो हम ऐसे माधो हम ऐसे माधो हम ऐसे तू वैसा माधो हम ऐसे माधो हम ऐसे हम मैले तुम पूजल करते हम निर्गुण तू दाता हम मैले तुम पूजल करते हम निर्गुण तू दाता हम मूर्ख तुम चतुर सियान तू सर्व कला का ज्ञाता ज्ञाता माधो हम ऐसे तू वैसा माधो हम ऐसे माधो हम ऐसे माधो हम ऐसे तू ऐसा माधो हम ऐसे माधो हम ऐसे ਕੀਰਤਨ ਕਰਦਿਆਂ ਤੋਂ ਬਾਣੀ ਸਰਵਣ ਕਰਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਖਿਮਾ ਕਰ ਲਓ ਅੱਗੇ ਵਾਸਤੇ ਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਸਮਰੱਥਾ ਤਾਕਤ ਬਖਸ਼ੋ ਭੋਗ ਹਰ ਰਾਏ ਸਾਧ ਸੰਗਤ ਵਿੱਚ ਵਰਤੇ ਜੋ ਜੋ ਛਕੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਪਰਿਵਾਰ ਵੱਲੋਂ ਸੋਹਣੇ ਜਪ ਛਕੇ ਬੇਅੰਤ ਮੈਂ ਪੈ ਲਾਇਕੀ ਆ ਪੰਗੀਕਾਰ ਕਰੋ ਅਨਿਆਂ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਤੇ ਪ੍ਰਵਾਨ ਕਰਨੀਆਂ ਤਿਲ ਫੁਲ ਭਟਾਵਾਂ ਅੰਦਰ ਤੇ ਪ੍ਰਵਾਨ ਕਰਨੀਆਂ ਆਇਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਜੋ ਆਪ ਜੀ ਦੇ ਦਰ ਤੇ ਆਵੇ ਸੁਰਾਜੀ ਜਾਵੇ ਗੁਰੂ ਨਾਨਕ ਨਾਮ ਚੜ੍ਹਦੀ ਬੋਲੇ ਸੋ ਨਿਹਾ ਸਤਨਾਮ ਦੁੱਖ ਨਹੀਂ ਮਾਨੈ ਸੁਖ ਸੁਨੀ ਅਰ ਕੰਚਨ ਮਾਟੀ ਮਾਨੈ ਲੋਭ ਮੋਹ ਰਵੇ ਮਨਾ ਪਿੱਛੇ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਹੈ ਸੋਗ ਸੰਦੇਸ਼ ਰਿੰਦ ਚੱਲ ਰਿਹਾ ਝੋਨੇ ਦੀ ਪਰਾਲੀ ਸਾੜਨ ਦਾ ਉਹ ਤੋਂ ਬਚਾਉਣ ਵਾਸਤੇ ਤੇ ਹੋਰ ਵੀ ਬਹੁਤ ਵਾਤਾਵਰਨ
ਤਾਂ ਪੰਜਾਬ ਸਟੇਟ ਐਗਰੀਕਲਚਰ ਇੰਪਲੀਮੈਂਟ ਮੈਨੂਫੈਕਚਰ ਐਸੋਸੀਏਸ਼ਨ ਵੱਲੋਂ ਵੀ ਸਾਨੂੰ ਸੁੱਖ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਤੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਾ ਹਾਂ। ਸਤਿਕਾਰਯੋਗ ਮਾਤਾ ਜੀ, ਬਹੁਤ ਹੀ ਨੇਕ ਨਗਰ ਦਾ ਜੇ ਕੋਈ ਪ੍ਰਬੰਧਕ ਵੀਰ ਬੈਠਾ ਹੈ ਗੁਰਦੁਆਰਾ ਗੰਡੂ ਸਾਹਿਬ ਵਾਸਤੇ, ਉਹਨਾਂ ਨੇ ਸੇਵਾ ਕੀਤੀ ਹੈ, ਸਾਡੇ ਕੋਲੋਂ ਪ੍ਰਾਪਤ ਕਰ ਲੈਣ। ਗੁਰਦੁਆਰਾ ਡੇਰਾ ਬਾਬਾ ਵੀਰ ਸਿੰਘ ਜੀ, ਉਹਨਾਂ ਦੇ ਵਾਸਤੇ ਸੇਵਾ ਆਈ ਹੈ। ਤੇ ਉਸ ਤੋਂ ਉਪਰੰਤ ਬਾਣੀ ਲਿਖਣ ਤੋਂ ਬਾਅਦ ਕੁਛ ਸਮਾਂ ਆਰਾਮ ਕਰਕੇ ਉਹ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਅਰਥ ਵੀ ਸਮਝਾਉਂਦੇ ਸਨ। ਨਾਕੋ ਗੱਜ ਕੇ ਸਤਨਾਮ ਵਾਹਿਗੁਰੂ ਜੀ। ਜਿਹਦੇ ਅੰਦਰ ਜਦੋਂ ਇਤਿਹਾਸ ਨੂੰ ਪੜ੍ਹਦੇ ਆ ਵੀ 40 ਸਿੰਘਾਂ ਨੇ ਜਦੋਂ ਉਹ ਬਾਣੀ ਨੂੰ ਸੁਣਿਆ ਨਾ ਤੇ ਉਹ ਮੁਕਤੀ ਹੋ ਗਏ ਸੀ ਜਿਉਂਦੇ ਹੀ। ਆਖੋ ਗੱਜ ਕੇ ਸਤਨਾਮ ਵਾਹਿਗੁਰੂ ਜੀ। ਉਹਨਾਂ ਨੇ ਮੁਕਤੀ ਦੇ ਵਿੱਚ ਹੀ ਦੁੱਖ ਸੁੱਖ ਦੋਨੋਂ ਸੰਕਰ ਜਾਣਾ ਹੈ, ਔਰ ਮਾਨ ਅਪਮਾਨਾ ਨਾ ਤਾਂ ਉਹਨਾਂ ਨੂੰ ਇਹ ਸੀ ਵੀ ਸਰੀਰ ਦੇ ਅੰਦਰ ਤੇ ਉਹ ਬਾਣੀ ਆਪ ਕਿਉਂ ਨੀ ਰਚ ਲੈਂਦਾ। ਆਖੋ ਗੱਜ ਕੇ ਸਤਨਾਮ ਸ਼੍ਰੀ ਫਿਰ ਗੁਰਮੁਖ ਪਿਆਰਿਓ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਰਚਨਾ ਗੁਰਬਾਣੀ ਦੀ ਆਪਣੇ ਬਖਾਰਵਿੰਦ ਵਿੱਚੋਂ ਉਚਾਰਨ ਕਰਕੇ 9 ਮਹੀਨੇ 9 ਦਿਨ 9 ਪਲ 9 ਘੜੀਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ ਕਥਾ ਤੇ ਸੰਪੂਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਵਾ ਦਿੱਤਾ। ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪਾਂ ਰਾਤ ਥੋੜੀ ਜਿਹੀ ਵਿਚਾਰ ਕੀਤੀ ਸੀ ਕਿ ਮਹਾਰਾਜ ਜੀ ਨੂੰ ਸੰਸਕ੍ਰਿਤ ਉਚਾਰਨ ਕਰਨ ਦੀ ਕੀ ਲੋੜ ਪਈ। ਆਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਦੋਂ ਸੰਸਾਰ ਦੇ ਅੰਦਰ ਆਪਣੇ ਹੱਥੀ ਜੋਲ ਕੇ ਕਹਿਕਲ ਲੱਗੇ ਧਾਰੇ। ਕਹਿੰਦੇ ਜਿਹੜੀ ਸਰੀਰ ਦੇ ਅੰਦਰ ਜਿੰਦ ਸੀ ਨਾ ਉਹਨੂੰ ਕੱਢ ਲਿਆ। ਕਿੱਦਾਂ? ਉਹ ਕਹਿਣ ਲੱਗੇ ਬਸ ਕਿਸੇ ਚੀਜ਼ ਦੀ ਲੋੜ ਨੀ, ਸਭ ਕੁਝ ਤਿਆਰ ਹੈ। ਉਹ ਹੈਰਾਨ ਹੋ ਗਿਆ ਵੀ ਹੈ। ਕਹਿਣ ਲੱਗਿਆ ਉਹ ਵਾਰੀ ਖੋਲੋ, ਟਾਕੀ ਖੋਲੋ ਤੇ ਉੱਤੇ ਪਾ ਕੇ ਇਹਦਾ ਸੰਸਕਾਰ ਕਰ ਦਿਓ। ਆਖੋ ਗੱਜ ਕੇ ਸਤਨਾਮ ਸ਼੍ਰੀ। ਹੁਣ ਘਰਾਂ ਦੇ ਵਿੱਚ ਇੱਕ ਗੱਲ ਮੈਂ ਪੁੱਛਾਂਗਾ, ਸਾਡੇ ਪੜ੍ਹੇ ਲਿਖੇ ਵੀ ਲੋਕ ਬੈਠੇ ਨੇ, ਕਿਉਂਕਿ ਅਸੀਂ ਤਾਂ ਇੰਨੇ ਪੜ੍ਹੇ ਵੀ ਨਹੀਂ। ਕੋਈ ਮਾਤਾ ਪਿਤਾ ਦੀ ਘਰ ਦੇ ਵਿੱਚ ਸੇਵਾ ਕਰਦਾ ਹੈ, ਪਰ ਮੈਂ ਇੱਕ ਗੱਲ ਕਹਾਂਗਾ ਕਿ ਇਸ ਪਰਿਵਾਰ ਦੇ ਵਿੱਚ ਇੱਕ ਸਿੱਖਾ ਇੱਕ ਸੇਵਾ ਕਰਨ ਦੀ ਭਾਵਨਾ ਹੈਗੀ ਹੈ। ਆਖੋ ਗੱਜ ਕੇ ਸਤਨਾਮ ਵਾਹਿਗੁਰੂ ਜੀ। ਹੁਣ ਅੱਜ ਕੱਲ੍ਹ ਦੀਆਂ ਮੇਰੀਆਂ ਜਿਹੜੀਆਂ ਭੈਣਾਂ ਵਾਲੀਆਂ ਭੈਣਾਂ, ਗੁੱਸਾ ਨਾ ਮੰਨਿਓ, ਉਹ ਪਹਿਲਾਂ ਪਤਾ ਕੀ ਕਹਿੰਦੀਆਂ ਨੇ ਜਦੋਂ ਸ਼ਾਦੀ ਹੋ ਕੇ ਆ ਜਾਂਦੀਆਂ, ਤੇ ਉਹ ਇਹ ਗੱਲ ਕਹਿੰਦੀਆਂ ਵੀ ਜੇ ਬੁੜੇ ਬੁੜੀ ਨੂੰ ਘਰੇ ਰੱਖਣਾ ਨਾ ਤੇ ਅਸੀਂ ਨੀ ਰਹਿਣਾ, ਚਲੋ ਬਾਹਰ ਲੈ ਲਈਏ ਮਕਾਨ ਜਾ ਕੇ। ਆਖੋ ਗੱਜ ਕੇ ਸਤਨਾਮ। ਪਰ ਗੁਰਬਾਣੀ ਕੀ ਕਹਿੰਦੀ ਹੈ? ਸਤਿਗੁਰੂ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ, ਪਰ ਇਹ ਕਹਿੰਦੇ ਆ ਗੁਰਦੇਵ ਦੇ ਵਿੱਚ ਇੰਨੀ ਤਾਕਤ ਹੈ, ਇੰਨੀ ਸ਼ਕਤੀ ਹੈ ਕਿ ਮਾਂ ਚਾਹੇ ਤਾਂ ਆਪਣੇ ਪੁੱਤਰ ਨੂੰ ਬੱਜਰ ਦਾ ਸਰੀਰ ਬਣਾ ਸਕਦੀ ਹੈ। ਆਖੋ ਗੱਜ ਕੇ ਸਤਨਾਮ ਵਾਹਿਗੁਰੂ ਜੀ। ਜੇ ਮਾਂ ਦੇ ਵਿੱਚ ਤਾਕਤ ਸੀ ਤਾਂ ਗੁਰਮੁਖ ਪਿਆਰਿਓ 7 ਸਾਲ ਦੀ ਉਮਰ ਦੇ ਵਿੱਚ ਤੁਰ ਬੰਦਗੀ ਕਰ, ਬੰਦਗੀ ਕਰਨ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋਵੇਗਾ। ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਜੇ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ। ਹੁਣ ਜਦੋਂ ਕਹਿੰਦੇ ਕੈਰਵਾਂ ਤੇ ਪਾਂਡਵਾਂ ਦਾ ਯੁੱਧ ਹੋਇਆ, ਮੇਰੀ ਮੇਰੀ ਕੈਰੋ ਕਰਤੇ, ਮੇਰੀ ਦਾ ਰੌਲਾ ਨਾ ਵੀ ਮੈਂ ਹੀ ਆ, ਮੇਰੀ ਤੇ ਮੈਂ ਇੱਕੋ ਗੱਲ ਵੀ ਮੇਰੇ ਵਰਗਾ ਕੋਈ ਯੋਧਾ ਨਹੀਂ ਹੋ ਸਕਦਾ, ਮੇਰੇ ਵਰਗਾ ਕੋਈ ਮਾਇਆ ਧਾਰੀ। ਉਹਦੇ ਪ੍ਰਥਾਈ ਮਹਾਰਾਜ ਪਾਣੀ ਚ ਲਿਖਦੇ ਨੇ, ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ ਬਾਹਰ ਹੈ।